ਇੱਥੇ ਵੀ ਅਟੈਂਡੈਂਟ ਜਿਹੜੇ ਨੇ ਉਹ ਨਜ਼ਰ ਨਹੀਂ ਆਏ, ਬਲਕਿ ਲੋਕਾਂ ਨੂੰ ਆਪਣੇ ਮਰੀਜ਼ ਨੂੰ ਖੁਦ ਲਿਜਾਉਣਾ ਪੈ ਰਿਹਾ। ਸੜਕਾਂ ਦੇ ਵਿੱਚ ਵੀਲ ਚੇਅਰ ਰੋੜ ਕੇ ਜਾਂ ਵੀਲ ਬੈੱਡ ਰੋੜ ਕੇ ਜਿਹੜਾ ਉਹ ਲਿਜਾਉਣਾ ਪੈ ਰਿਹਾ। ਰਹਿਣ ਬਸੇਰੇ ਤੇ ਛੱਡੋ, ਕਿੱਥੇ ਥਾਂ ਵੀ ਜਿਹੜੀ ਆ ਉਹਨਾਂ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ, ਲੋਕ ਸੜਕਾਂ ਦੇ ਉੱਪਰ ਰਹਿਣ ਤੇ ਮਜਬੂਰ ਹੋ ਰਹੇ ਨੇ। ਕੀ ਤੁਹਾਡੇ ਕੋਲ ਦਵਾਈਆਂ ਪਿੱਛੋਂ ਨਹੀਂ ਆ ਰਹੀਆਂ ਜਾਂ ਤੁਹਾਡੇ ਕੋਲ ਹੈ ਨਹੀਂ? ਸਾਡੇ ਕੋਲ ਪਿੱਛੋਂ ਨਹੀਂ ਆ ਰਹੀ ਜੀ। ਹੁਣ ਮੈਨੂੰ ਤਾਂ ਮੇਰੇ ਬੱਚਾ ਠੀਕ ਕਰਾਉਣਾ ਜੀ, ਮੈਂ ਤਾਂ ਚੁੱਲ੍ਹੇ ਗਿਆ। ਇਸ 'ਚ ਤੁਸੀਂ ਇੱਕ ਹੀ ਦਿੱਤਾ? ਹਾਂਜੀ, ਨਾਲ ਲਿਖ ਕੇ ਦਿੱਤੀ, ਲੇਕਿਨ ਤੁਹਾਡੇ ਕੋਲ ਨਹੀਂ ਹੈਗੀ। ਸਾਡੇ ਕੋਲ ਹੈ ਨਹੀਂ, ਬਸ ਜਿਹੜੀ ਇੱਕ ਹੈਗੀ ਸੀ ਉਹ ਆਪਣੇ ਉਹ ਕਰਦਾ। ਜਦੋਂ 5-5 ਟੈਬਲੇਟ ਲਿਖੀਆਂ ਨੇ ਤੇ ਫਿਰ ਉਸ ਦੇ ਵਿੱਚੋਂ ਇੱਕ ਜਾਂ ਦੋ ਕਿਉਂ ਮਿਲ ਰਹੀਆਂ ਨੇ? ਤੁਸੀਂ ਜਿਹੜੀ ਸਸਤੀ ਹੈ ਦੋ ਦੇਤੀਆਂ ਸਟ੍ਰਿਪਾਂ, ਜਿਹੜੀ ਮਹਿੰਗੀ ਉਹ ਬਾਹਰੋਂ ਲੈ ਲਈ, ਇੱਥੇ ਹੈ ਹੀ ਨਹੀਂ। ਦੇਵੀਗੜ੍ਹ ਦੇ ਰਹਿਣ ਵਾਲੇ ਆ, ਜੁੜਕਾ ਠਾਣਾ। ਇਹਨਾਂ 'ਚ ਇੱਕ ਵੀ ਦਵਾਈ ਨਹੀਂ? ਇੱਕ ਵੀ ਨਹੀਂ ਮਿਲੀ, ਇੱਕ ਵੀ ਦਵਾਈ ਜਾ ਕੇ ਆਏ? ਹਾਂਜੀ, ਨਹੀਂ ਜੀ, ਬਾਹਰ ਕੋਈ ਬੋਲਦੇ ਆ? ਸਾਨੂੰ ਸ਼ੌਂਕ ਹੈ ਪੈਸੇ ਲਾਉਣ ਦਾ, ਜੇ ਗਰੀਬ ਆਦਮੀ ਤਾਂ ਹੀ ਆਉਂਦੇ ਆ, ਜੇ ਅਮੀਰ ਆਦਮੀ ਹੁੰਦੇ ਤਾਂ ਫਿਰ ਕਿਉਂ ਇੱਥੇ ਜਾ ਕੇ ਪੁੱਛੀਏ? ਡਾਕਟਰ ਨੇ ਕੀ ਮੰਗਣੇ? ਡਾਕਟਰ ਲਿਖ ਦਿੰਦੇ ਦਵਾਈ ਅੰਦਰੋਂ ਲੈ ਲਓ, ਅੰਦਰ ਵਾਲੇ ਕਹਿ ਦਿੰਦੇ ਸਾਡੇ ਕੋਲ ਕੋਈ ਦਵਾਈ ਨਹੀਂ ਹੈਗੀ। ਰਾਤ ਦੀ ਡਿਲੀਵਰੀ ਹੋਈ ਸੀ 1 ਵਜੇ ਦੀ, ਮਰੀਜ਼ ਮੁੱਕ ਗਿਆ ਵਾ ਤੇ ਉਹਦੀ ਡਿਲੀਵਰੀ ਨਹੀਂ, ਉਹ ਬਲੀਡਿੰਗ ਨਹੀਂ ਬੰਦ ਹੋਈ, ਉਹ ਹਰ ਕੇ ਮੁੱਕ। ਪੰਜਾਬ ਦੀ ਸਰਕਾਰ ਨੇ ਹੁਣ 'ਚੋਂ ਆਉਣ ਤੋਂ ਪਹਿਲਾਂ ਸਿਹਤ ਦੇ ਮਸਲੇ ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਸੀ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਸਿਹਤ ਨੂੰ ਲੈ ਕੇ ਖਾਸ ਤੌਰ 'ਤੇ ਹਸਪਤਾਲਾਂ ਦੇ ਵਿੱਚ ਪ੍ਰਬੰਧ ਕੀਤੇ ਜਾਣਗੇ। ਭਾਵੇਂ ਕੋਵਿਡ ਦੇ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਫੀ ਰੌਲਾ ਵੀ ਪਾਇਆ ਸੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਔਰ ਇਹ ਦਾਅਵਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਇਸ ਸਰਕਾਰ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਖਾਸ ਤੌਰ 'ਤੇ ਕੰਮ ਕੀਤਾ ਜਾਵੇਗਾ। ਔਰ ਇਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਆਪਣੀ ਪਿੱਠ ਕਈ ਵਾਰ ਥਪਥਪਾਈ ਹੈ ਕਿ ਇਸ ਨੂੰ ਲੈ ਕੇ ਅਸੀਂ ਪ੍ਰਬੰਧ ਕਰਨ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿਹੜੇ ਉਹ ਕਾਮਯਾਬ ਹੋਏ ਹਾਂ, ਔਰ ਸਿਹਤਮੰਦ ਪੰਜਾਬ ਔਰ ਜਿਸ ਤਰੀਕੇ ਨਾਲ ਹਸਪਤਾਲਾਂ ਦੇ ਵਿੱਚ ਪ੍ਰੋਵਾਈਡ ਕਰਾਉਣ ਵਾਲੀਆਂ ਚੀਜ਼ਾਂ ਨੇ, ਦਵਾਈਆਂ ਤੋਂ ਲੈ ਕੇ ਹਰ ਇੱਕ ਚੀਜ਼, ਹਰ ਇੱਕ ਇਲਾਜ ਜਿਹੜਾ ਉਹ ਆਸਾਨ ਤਰੀਕੇ ਦੇ ਨਾਲ ਜਿਹੜਾ ਉਹ ਲੋਕਾਂ ਦਾ ਹੋਵੇ, ਉਹ ਤਮਾਮ ਪ੍ਰਯਾਸ ਜਿਹੜੇ ਨੇ ਉਹ ਕੀਤੇ ਗਏ ਨੇ, ਔਰ ਉਸ ਦੇ ਵਿੱਚ ਪੰਜਾਬ ਸਰਕਾਰ ਕਾਮਯਾਬੀ ਹੋਈ ਹੈ। ਇਹ ਦਾਅਵਾ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਕੀਤਾ ਗਿਆ ਸੀ। ਲੇਕਿਨ ਅੱਜ ਜਦੋਂ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦਾ ਜ਼ਿਕਰ ਕਰਦੇ ਹਾਂ ਤਾਂ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰੀ ਰਜਿੰਦਰ ਹਸਪਤਾਲ ਵੀ ਹੈਗਾ, ਕਿਉਂਕਿ ਜਦੋਂ ਮਰੀਜ਼ਾਂ ਦਾ ਜ਼ਿਕਰ ਆਉਂਦਾ, ਕਿਉਂਕਿ ਮਰੀਜ਼ਾਂ ਨੂੰ ਲਿਜਾਉਣ ਦੇ ਲਈ ਹਮੇਸ਼ਾ ਅਟੈਂਡੈਂਟ ਦਾ ਕੰਮ ਹੁੰਦਾ, ਲੇਕਿਨ ਜਦੋਂ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਝਾਤ ਮਾਰੀ ਤਾਂ ਉਸ ਦੇ ਵਿੱਚ ਇੱਥੇ ਵੀ ਅਟੈਂਡੈਂਟ ਜਿਹੜੇ ਨੇ ਉਹ ਨਜ਼ਰ ਨਹੀਂ ਆਏ, ਬਲਕਿ ਲੋਕਾਂ ਨੂੰ ਆਪਣੇ ਮਰੀਜ਼ ਨੂੰ ਖੁਦ ਲਿਜਾਉਣਾ ਪੈ ਰਿਹਾ। ਸੜਕਾਂ ਦੇ ਵਿੱਚ ਵੀਲ ਚੇਅਰ ਰੋੜ ਕੇ ਜਾਂ ਵੀਲ ਬੈੱਡ ਰੋੜ ਕੇ ਜਿਹੜਾ ਉਹ ਲਿਜਾਉਣਾ ਪੈ ਰਿਹਾ। ਔਰ ਦੂਸਰੀ ਜਗ੍ਹਾ 'ਤੇ ਜੇਕਰ ਜ਼ਿਕਰ ਕੀਤਾ ਜਾਵੇ, ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਸਿਖਰਾਂ ਦੇ ਉੱਪਰ ਜਿਹੜੀ ਉਹ ਸਰਦੀ ਹੈ, ਔਰ ਸਰਦੀ ਦੇ ਵਿੱਚ ਜਿੱਥੇ ਲੋਕ ਘਰਾਂ ਦੇ ਵਿੱਚ ਬੈਠੇ ਠੱਠਰ ਆ ਰਹੇ ਨੇ, ਤਾਂ ਉੱਥੇ ਬਾਹਰ ਸੜਕਾਂ 'ਤੇ ਪੈਣ ਵਾਲਿਆਂ ਦੇ ਉੱਪਰ ਵੀ ਲਗਾਤਾਰ ਦੇਖਿਆ ਜਾਂਦਾ ਕਿ ਸਰਕਾਰ ਰਹਿਣ ਬਸੇਰੇ ਬਣਾਉਂਦੀ ਹੈ। ਲੇਕਿਨ ਸਰਕਾਰੀ ਰਜਿੰਦਰਾ ਹਸਪਤਾਲ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਇਸ ਦੇ ਵਿੱਚ ਰਹਿਣ ਬਸੇਰੇ 'ਤੇ ਛੱਡੋ, ਕਿੱਥੇ ਥਾਂ ਵੀ ਜਿਹੜੀ ਹੈ ਉਹਨਾਂ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ, ਲੋਕ ਸੜਕਾਂ ਦੇ ਉੱਪਰ ਰਹਿਣ 'ਤੇ ਮਜਬੂਰ ਹੋ ਰਹੇ ਨੇਗੇ। ਔਰ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਨੂੰ ਲੈ ਰਹੇ ਨੇ, ਲੋਕ ਕੀ ਕਹਿ ਰਹੇ ਨੇ ਇਹ ਵੀ ਤੁਹਾਨੂੰ ਸੁਣਾ ਦਿੰਦੇ ਕਿ ਲੋਕਾਂ ਦਾ ਕੀ ਕੁਝ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਕਰਨਾ ਪੈ ਰਿਹਾ। ਹਾਂਜੀ, ਭਾਅ ਜੀ, ਜਿਹੜੀਆਂ ਆਪਣੇ ਕੋਲ ਜਿੰਨੀਆਂ ਆਉਂਦੀਆਂ ਨੇ, ਜਿਹੜੀਆਂ ਸਰਕਾਰ ਵੱਲੋਂ ਆਉਂਦੀਆਂ ਨੇ, ਆਪਾਂ ਉਹ ਅਗਲੇ ਪੇਸ਼ੈਂਟ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ। ਠੀਕ ਹੈ ਨਾ? ਤੁਹਾਡਾ ਨਾਮ ਕੀ ਹੈ? ਰੋਸ਼ਨ ਹੈ ਮੇਰਾ ਨਾਮ। ਤੁਸੀਂ ਕੀ ਹੋ? ਕਲਾਸ 4 ਹੈ ਮੇਰੇ। ਕਲਾਸ 4 'ਚ ਮੈਡੀਕਲ ਦੇ ਵਿੱਚ? ਹਾਂਜੀ, ਜਿਹੜੇ ਆਪਾਂ ਜਿਵੇਂ ਅੰਦਰੋਂ ਦਵਾਈਆਂ ਲੈਣੀਆਂ ਹੁੰਦੀਆਂ ਨੇ ਜਿਵੇਂ ਉਹਦੇ ਵਾਸਤੇ, ਅਤੇ ਜਿਹੜੀ ਹੁਣ ਦਵਾਈਆਂ ਆਪਣੇ ਕੋਲ ਆਉਂਦੀਆਂ ਨੇ ਆਪਾਂ ਉਹ ਦੇ ਦਿੰਦੇ ਹਾਂ ਪੇਸ਼ੈਂਟ ਨੂੰ, ਜਿਹੜੀਆਂ ਨਹੀਂ ਹੁੰਦੀਆਂ ਉਹ ਆਪਾਂ ਬਾਹਰੋਂ ਕਹਿ ਦਿੰਦੇ ਕਿ ਮਤਲਬ ਜਾਂ ਨੌਸ਼ੀ ਤੋਂ ਲੈ ਲਓ। ਇਹ ਪੰਜਾਬ ਸਰਕਾਰ ਨੇ ਇਹ ਸਾਫ ਤੌਰ 'ਤੇ ਕਿਹਾ ਸੀ ਮੁੱਖ ਮੰਤਰੀ ਨੇ ਕਿ ਦਵਾਈਆਂ ਸੇਰੀਆਂ ਤੁਹਾਨੂੰ ਮੁਫਤ ਮਿਲਣਗੀਆਂ, ਹਸਪਤਾਲ ਦੇ ਵਿੱਚ ਮਿਲਣਗੀਆਂ। ਕੀ ਤੁਹਾਡੇ ਕੋਲ ਦਵਾਈਆਂ ਪਿੱਛੋਂ ਨਹੀਂ ਆ ਰਹੀਆਂ ਜਾਂ ਤੁਹਾਡੇ ਕੋਲ ਹੈ ਨਹੀਂ ਗੀਆਂ? ਸਾਡੇ ਕੋਲ ਪਿੱਛੋਂ ਹੀ ਨਹੀਂ ਆ ਰਹੀਆਂ, ਜਿਹੜੀਆਂ ਸਾਡੇ ਕੋਲ ਜਿਵੇਂ ਆਉਂਦੀਆਂ ਜਿੰਨੀਆਂ ਕੁ ਆਪਾਂ ਉਨੀਆਂ ਪ੍ਰੋਵਾਈਡ ਕਰ ਦਿੰਦੇ ਪੇਸ਼ੈਂਟ ਨੂੰ, ਅਤੇ ਜਿਹੜੀਆਂ ਬਾਕੀ ਹੁੰਦੀਆਂ ਆਪਾਂ ਜਾਂ ਨੌਸ਼ੀ ਜੀ ਕਹਿ ਦਿੰਦੇ। ਰਿਕੁਆਇਰਮੈਂਟ ਪਾਉਂਦੇ? ਰਿਕੁਆਇਰਮੈਂਟ ਪਾਉਂਦੇ ਆਪਾਂ।
ਮੇਜਰ ਦਵਾਈਆਂ ਕਿਉਂ ਨਹੀਂ ਦਿੰਦੇ, ਕਿਉਂਕਿ ਜਿਹੜੇ ਲੋਕ ਕਹਿੰਦੇ ਨੇ ਕਿ ਜਿਹੜੀਆਂ ਸਸਤੀਆਂ ਦਵਾਈਆਂ ਤੁਸੀਂ ਦਿੰਦੇ ਹੋ ਜੋ ਕੈਲਸ਼ੀਅਮ ਦੀ ਹੋ ਗਈ, ਨਹੀਂ ਆਪਣੇ ਕੋਲ ਬਹੁਤ ਵਧੀਆ ਦਵਾਈਆਂ ਆਉਂਦੀਆਂ ਨੇ, ਜਿਵੇਂ ਕਾਫੀ ਤਰ੍ਹਾਂ ਦੀਆਂ ਨੇ ਜਿਹੜੀਆਂ ਬਾਹਰ ਮਤਲਬ ਕੋਸਟਲੀ ਨੇ, ਉਹ ਆਪਣੇ ਕੋਲ ਹੁੰਦੀਆਂ ਨੇ, ਆਪਾਂ ਪ੍ਰੋਵਾਈਡ ਕਰਵਾਉਂਦੇ ਹਾਂ। ਕੋਈ ਇਹ ਨਹੀਂ ਹੈ ਕਿ ਮਤਲਬ ਸਸਤੀ ਦਵਾਈ ਹੈ, ਜਿਹੜੀਆਂ ਹੁਣ ਜਿਵੇਂ ਪੇਸ਼ੈਂਟ ਆਪਣੇ ਆਪਣੇ ਡੀ ਏ ਦੇ ਆਉਂਦੇ, ਡੀ ਐਡਿਕਸ਼ਨ ਦੇ ਆਉਂਦੇ ਨੇ, ਹੋਰ ਆਉਂਦੇ ਨੇ, ਉਹਨਾਂ ਸਾਰਿਆਂ ਨੂੰ ਆਉਂਦੀਆਂ ਨੇ ਪ੍ਰੋਵਾਈਡ। ਅਧਿਕਤਰ ਲੋਕ ਲੈ ਕੇ ਆਉਂਦੇ ਪੰਜ ਚਾਰ ਦਵਾਈਆਂ ਲਿਖ ਕੇ ਅਤੇ ਉਹਨਾਂ ਨੂੰ ਇੱਕ ਜਾਂ ਦੋ ਦਵਾਈਆਂ ਮਿਲਦੀਆਂ ਨੇ, ਔਰ ਇੱਕ ਤਰ੍ਹਾਂ ਨੂੰ ਕਈਆਂ ਨੂੰ ਤਾਂ ਸੇਮ ਹੀ ਦਵਾਈ ਜਿਹੜੀ ਆ ਉਹ ਵਾਰ ਵਾਰ ਮਿਲ। ਹਾਂ, ਅਤੇ ਜਿਹੜੀ ਹੁਣ ਡਾਕਟਰ ਰਿਕਮੈਂਡ ਕਰਦਾ ਉਹੀ ਮਿਲਦੀ ਆ ਆਪਣੇ, ਕਿ ਜਿੰਨੇ ਜਿਵੇਂ ਡਾਕਟਰ ਨੇ ਆਪਾਂ ਨੂੰ ਅੰਦਰ ਲਿਸਟ ਦਿੰਦੇ, ਡਾਕਟਰ ਨੂੰ ਆਪਾਂ ਸਾਰਿਆਂ ਡਾਕਟਰਾਂ ਨੂੰ ਲਿਸਟ ਦਿੰਦੇ ਆਪਾਂ ਕਿ ਇਹ ਦਵਾਈਆਂ ਆਪਣੇ ਕੋਲ ਅਵੇਲੇਬਲ ਨੇ ਅਤੇ ਇਹ ਅਵੇਲੇਬਲ ਨਹੀਂ। ਡਾਕਟਰ ਫਿਰ ਕੋਰਸ ਤੋਂ ਬਾਹਰ ਦੀ ਦਵਾਈਆਂ ਲਿਖ ਰਹੇ ਨੇ? ਨਹੀਂ, ਕੋਰਸ ਤੋਂ ਬਾਹਰ ਦੀ ਕਿ ਜਿਵੇਂ ਹੁਣ ਡਾਕਟਰ ਆਪਣੇ ਉਰੇ ਦੀ ਲਿਖ ਦਿੰਦੇ ਨੇ ਜਿਹੜੀ ਆਪਣੇ ਅੰਦਰ ਆਉਂਦੀਆਂ ਨੇ ਕਿ ਜਿਹੜੇ ਪੇਸ਼ੈਂਟ ਨੂੰ ਅਫੈਕਟਡ ਨੇ, ਠੀਕ ਹੈ ਨਾ, ਬਾਕੀ ਬਾਹਰ ਦੀ ਉਹ ਕਰਦੇ ਨੇ ਕਿ ਜਾਂ ਨਰਸਰੀ ਤੋਂ ਲੈ ਲਓ, ਡਾਕਟਰ ਵੀ ਖੁਦ ਰਿਕੁਆਇਰਮੈਂਟ ਪਾਉਂਦੇ ਹੋ ਸਰਕਾਰ? ਹਾਂ, ਇਹ ਕਹਿੰਦੇ ਅਸੀਂ ਰਿਕੁਆਇਰਮੈਂਟ ਪਾਉਂਦੇ ਹਾਂ ਲੇਕਿਨ ਪਿੱਛੋਂ ਹੀ ਦਵਾਈ ਜਿਹੜੀ ਉਹ ਨਹੀਂ ਆਉਂਦੀ। ਲੇਕਿਨ ਸਵਾਲ ਇੱਥੇ ਹੈ ਕਿ ਸਰਕਾਰ ਨੇ ਜਦੋਂ ਮੁਫਤ ਦੇਣ ਦੀ ਗੱਲ ਕੀਤੀ ਸੀ, ਜਦੋਂ ਇਹ ਕਿਹਾ ਗਿਆ ਸੀ ਡਾਕਟਰ ਜਿਹੜੇ ਨੇ ਉਹ ਦਵਾਈ ਲਿਖਣਗੇ ਜਦੋਂ ਮੁਫਤ ਤੁਹਾਨੂੰ ਫ੍ਰੀ ਦੇ ਵਿੱਚ ਔਰ ਮੈਡੀਕਲ ਦੇ ਵਿੱਚ ਮਿਲੂਗੀ ਔਰ ਉਹ ਸਰਕਾਰੀ ਮੈਡੀਕਲ ਹੋਵੇਗਾ, ਹੁਣ ਇਹ ਮੁਫਤ 'ਤੇ ਲਿਖਿਆ ਹੋਇਆ, ਹੁਣ ਇਹ ਕਹਿੰਦੇ ਮੁਫਤ ਅਸੀਂ ਦਵਾਈ ਦੇ ਰਹੇ ਹਾਂ ਜੋ ਸਾਡੇ ਕੋਲ ਹੈਗੀਆਂ ਨੇ, ਲੇਕਿਨ ਜੋ ਦਵਾਈਆਂ ਲੋਕਾਂ ਨੂੰ ਨਹੀਂ ਮਿਲਦੀਆਂ ਉਸ 'ਤੇ ਇੱਕ ਸਵਾਲਿਆ ਨਿਸ਼ਾਨ ਜ਼ਰੂਰ ਹੈ। ਕਿਉਂਕਿ ਜਦੋਂ ਇਹ ਸਾਫ਼ ਤੌਰ 'ਤੇ ਸਪਸ਼ਟ ਤੌਰ 'ਤੇ ਔਰ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਦਵਾਈਆਂ ਡਾਕਟਰ ਉਹ ਲਿਖ ਕੇ ਦੇਣਗੇ ਜਿਹੜੀ ਤੁਹਾਨੂੰ ਸਰਕਾਰੀ ਹਸਪਤਾਲ ਦੀ, ਸਰਕਾਰੀ ਡਿਸਪੈਂਸਰੀ ਦੀ, ਸਰਕਾਰੀ ਮੈਡੀਕਲ ਦੀ ਜਿਹੜੀ ਆ ਉਸਦੇ ਸਟੋਰ ਦੇ ਵਿੱਚ ਮਿਲਣਗੀਆਂ। ਲੇਕਿਨ ਇਹ ਕਾਫੀ ਲੋਕ ਨੇ ਜਿਨ੍ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਕਾਫੀਆਂ ਨੇ ਪੰਜ ਪੰਜ ਦਵਾਈਆਂ ਲਿਖ ਕੇ ਲੈ ਕੇ ਆਉਂਦੇ ਨੇ, ਲੇਕਿਨ ਉਹਦੇ ਵਿੱਚੋਂ ਦੋ ਦਵਾਈਆਂ ਜਿਹੜੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ ਜਾਂ ਤਿੰਨ ਦਵਾਈਆਂ ਮਿਲਦੀਆਂ ਨੇ, ਕਈਆਂ ਨੂੰ ਪੂਰੀ ਵੀ ਮਿਲ ਜਾਂਦੀਆਂ। ਲੇਕਿਨ ਅਧਿਕਤਰ ਲੋਕ ਇਹ ਜ਼ਰੂਰ ਕਹਿ ਰਹੇ ਨੇ ਕਿ ਉਹਨਾਂ ਕੋਲ ਦਵਾਈਆਂ ਜਿਹੜੀਆਂ ਪੂਰੀਆਂ ਨਹੀਂ ਮਿਲੀਆਂ। ਭਾਅ ਜੀ ਦਵਾਈ ਲੈ ਕੇ ਆਏ ਹੋ ਤੁਸੀਂ? ਸਾਰੀ ਮਿਲ ਗਈਆਂ? ਨਾ ਜੀ, ਇੱਕੋ ਹੀ ਮਿਲੀ ਹੈ। ਇੱਕੋ ਦਵਾਈ ਮਿਲੀ? ਹਾਂਜੀ, ਬਾਕੀ ਪਹਿਲਾਂ ਤੁਸੀਂ ਲੈ ਕੇ ਆਏ ਸੀ ਦਵਾਈ? ਨਹੀਂ ਨਹੀਂ, ਲਿੱਤੀ? ਬਾਕੀ ਤਾਂ ਢਿੱਲੋਂ ਮੈਡੀਕਲ ਤੋਂ ਬਾਹਰੋਂ ਮਿਲਦੀ ਹੈ। ਬਾਹਰੋਂ ਲੈ ਕੇ ਆਉਣੀ ਪੈਂਦੀ? ਹਾਂਜੀ। ਕੌਣ ਕਹਿੰਦਾ ਤੁਹਾਨੂੰ ਬਾਹਰੋਂ ਲੈ ਕੇ? ਜਿਹੜੇ ਹੁਣ ਮੈਨੂੂੰ ਤਾਂ ਮੇਰੇ ਬੱਚਾ ਠੀਕ ਕਰਾਉਣਾ ਜੀ, ਮੈਂ ਤਾਂ ਜਾਊਂਗਾ। ਇਹ ਕਿਹੜੀਆਂ ਦਵਾਈਆਂ ਨੇ ਤੁਸੀਂ ਦਵਾਈਆਂ ਦਿੰਦੇ ਹੋ? ਕਿਹੜੀਆਂ ਦਵਾਈਆਂ ਨੇ? ਨਸ਼ਾ ਮੁਕਤੀ? ਨਸ਼ਾ ਮੁਕਤੀ ਵਾਲੀਆਂ ਭਾਅ ਜੀ, ਇਹ ਡੀ ਐਡਿਕਸ਼ਨ ਦੀਆਂ ਨੇ। ਇਹ ਡੀ ਐਡਿਕਸ਼ਨ ਦੀ ਜਿਹੜੀਆਂ ਆਪਣੇ ਕੋਲ ਅਵੇਲੇਬਲ ਹੁੰਦੀਆਂ ਨੇ, ਮਤਲਬ ਜ਼ਿਆਦਾ ਕਿ ਪੇਸ਼ੈਂਟ ਇਹਨਾਂ ਨੂੰ ਕੁਆਂਟਿਟੀ ਬਹੁਤ ਲਿਖਦੇ ਨੇ ਕਿ ਜਿਵੇਂ ਕਿਸੇ ਨੂੰ 80 ਲਿਖਤੀਆਂ, ਜਿਵੇਂ ਐਂ ਹੁੰਦਾ, ਉਹਦੇ ਕਰਕੇ ਫਿਰ ਉਹ ਹੁੰਦਾ। ਇਹ ਜਿਹੜੀਆਂ ਹੁਣ ਤੁਸੀਂ ਇਹ ਜਿਹੜੀਆਂ ਇਸ 'ਚ ਚਾਰ ਦਵਾਈਆਂ ਲਿਖੀਆਂ ਨੇ ਹੈ ਨਾ, ਇਹ ਟੈਬਲੇਟਸ ਨੇਗੀਆਂ ਤਿੰਨ, ਔਰ ਇਹ ਕੀ ਹੈ? ਤਿੰਨ ਕੈਪਸੂਲ ਸਿਰਪ ਹੈ, ਕੈਪਸੂਲ ਹੈਗਾ। ਇਸ 'ਚੋਂ ਤੁਸੀਂ ਇੱਕ ਹੀ ਦਿੱਤਾ? ਹਾਂਜੀ। ਇਹਦਾ ਕੀ ਰੇਟ ਹੋਊਗਾ ਜੀ? ਇਹ ਰੇਟ ਭਾਅ ਜੀ ਇਹ ਮਾਰਕੀਟ 'ਚ ਤਾਂ ਮਿਲਦੀ ਨਹੀਂ, ਕਿਉਂਕਿ ਵਿਦਆਊਟ ਡਾਕਟਰ ਦੇ ਪ੍ਰਸਕ੍ਰਿਪਸ਼ਨ ਤੋਂ ਮਿਲਦੀ ਨਹੀਂ ਹੈ। ਇਹ ਜੇ ਡਾਕਟਰ ਨੇ ਸਰਕਾਰੀ, ਇਹ ਸਰਕਾਰੀ ਡਾਕਟਰ ਨੇ ਲਿਖ ਕੇ ਦਿੱਤੀ ਹੈ? ਕੀ ਨਾਮ ਇਹਨਾਂ ਦਾ? ਨਾਮ ਨਹੀਂ ਇਹਨਾਂ ਦਾ ਲਿਖਿਆ, ਜੂਨੀਅਰ ਰੈਜ਼ੀਡੈਂਟ ਨੇ ਇਹ, ਨਾਮ ਨਹੀਂ ਇਹਨਾਂ ਦਾ ਕੋਈ ਹੋਇਆ, ਨਾਮ ਨਹੀਂ ਲਿਖਿਆ ਹੋਇਆ। ਇਹਨਾਂ ਨੇ ਲਿਖ ਕੇ ਦਿੱਤੀ ਹੈ ਲੇਕਿਨ ਤੁਹਾਡੇ ਕੋਲ ਨਹੀਂ ਹੈਗੀ? ਹਾਂ, ਸਾਡੇ ਕੋਲ ਹੈ ਨਹੀਂ, ਬਸ ਜਿਹੜੀ ਇੱਕ ਹੈਗੀ ਸੀ ਉਹ ਆਪਣੇ ਉਹ ਕਰਤੀ, ਦੇ ਦਿੱਤੀ। ਇੱਕ ਹੈਗੀ ਸੀ ਉਹ? ਭਾਅ ਜੀ ਇਹ ਪਹਿਲਾਂ ਵੀ ਲੈਂਦੇ ਰਹੇ ਹੋ ਦਵਾਈਆਂ? ਨਹੀਂ ਨਹੀਂ ਸਰ, ਮੈਂ ਤਾਂ ਆਪਣਾ ਬੇਟਾ ਅੱਜ ਦਾਖਲ ਕਰਾਉਣਾ ਜੀ। ਅੱਛਾ, ਦਾਖਲ ਕਰਾਉਣਾ? ਹਾਂਜੀ ਸਰ। ਹੁਣ ਬਾਹਰ ਜਾਂਦੇ ਹੋ? ਬਾਹਰ ਜਾ ਰਹੇ? ਹੁਣ ਬਾਹਰ ਜਾਊਂਗਾ, ਢਿੱਲੋਂ ਮੈਡੀਕਲ ਤੋਂ ਮਿਲੇ ਨਹੀਂ ਬਾਹਰੋਂ? ਸਰ ਪ੍ਰਾਈਵੇਟ ਤੋਂ ਲੈਣੀ ਪੈਣੀ? ਹਾਂਜੀ ਸਰ। ਸਰਕਾਰੀ 'ਚ ਨਹੀਂ? ਨਾ ਜੀ। ਬਿਲਕੁਲ ਇਹ ਸਰਕਾਰੀ ਦੇ ਵਿੱਚ ਦਵਾਈਆਂ ਨਹੀਂ ਮਿਲਦੀਆਂ। ਇੱਕ ਸਵਾਲ ਜ਼ਰੂਰ ਹੈ, ਕਿਉਂਕਿ ਜਦੋਂ ਪੰਜ ਪੰਜ ਟੈਬਲੇਟ ਲਿਖੀਆਂ ਨੇ ਤੇ ਫਿਰ ਉਸ ਦੇ ਵਿੱਚੋਂ ਇੱਕ ਜਾਂ ਦੋ ਕਿਉਂ ਮਿਲ ਰਹੀਆਂ ਨੇ? ਭਾਜੀ ਕੀ ਨਾਮ ਹੈ ਤੁਹਾਡਾ? ਲਵਪ੍ਰੀਤ। ਲਵਪ੍ਰੀਤ ਜੀ, ਦਵਾਈ ਜਿਹੜੀ ਲਿਖ ਕੇ ਆਏ ਸੀ? ਹਾਂਜੀ। ਨਹੀਂ ਜੀ, ਦੋ ਮਿਲੀਆਂ ਨੇ, ਇੱਕ ਕਹਿੰਦੇ ਬਾਹਰੋਂ ਮਿਲੇਗੀ, ਹੈ ਨਹੀਂ ਬਾਹਰੋਂ ਮਿਲੇਗੀ? ਹਾਂਜੀ। ਇਹ ਡਾਕਟਰ ਨੇ ਅੰਦਰੋਂ ਲਿਖ ਕੇ ਦਿੱਤੀ ਤੁਹਾਨੂੰ? ਹਾਂਜੀ, ਅੰਦਰੋਂ ਲਿਖ ਕੇ ਦਿੱਤੀ। ਕਿਹੜੇ ਡਾਕਟਰ ਨੇ ਲਿਖ ਕੇ ਦਿੱਤੀ? ਸਰ ਜੀ ਨਾਮ ਨਹੀਂ ਮੈਨੂੰ ਪਤਾ, ਮੈਂ 7 ਨੰਬਰ ਕਮਰੇ 'ਚ ਗਿਆ ਸੀ ਸਰਜਰੀ ਵਾਲੇ ਡਾਕਟਰ। ਇਹ ਪਹਿਲੀ ਵਾਰੀ ਆਏ ਹੋ? ਹਾਂਜੀ ਹਾਂਜੀ। ਭਾਈ ਸਾਹਿਬ ਦਵਾਈ ਲੈ ਕੇ ਆਏ? ਦੋ ਦਵਾਈਆਂ ਮਿਲੀਆਂ ਜੀ। ਕਿੰਨੀਆਂ ਦਵਾਈਆਂ ਲਿਖ ਕੇ ਦਿੱਤੀਆਂ? 4 5 ਲਿਖੀਆਂ ਸੀਗੀਆਂ ਜੀ, ਦੋ ਦਵਾਈਆਂ ਮਿਲੀਆਂ ਉਹਦੇ 'ਚੋਂ। ਇਹ ਕਾਹਦੀ ਕਈਆਂ ਦਵਾਈਆਂ ਜੀ ਇਹਨਾਂ ਦੀ? ਇਹ ਕੈਲਸ਼ੀਅਮ ਦੀ ਹੈ ਜੀ, ਇੱਕ ਵਿਟਾਮਿਨ ਸੀ ਦਾ ਕੈਪਸੂਲ। ਇਹ ਤਾਂ ਆਮ ਹੁੰਦੀ ਹੈ ਡਿਸਪੈਂਸਰੀ 'ਚ ਵੀ ਮਿਲ ਜਾਂਦੀ ਹੈ, ਤਾਂ ਛੋਟੀ ਛੋਟੀ? ਹਾਂਜੀ ਹਾਂਜੀ। ਕੀ ਰੇਟ ਹੋਊਗਾ ਜੀ ਇਸ ਦਵਾਈ ਦਾ ਜੇਕਰ ਆਪਾਂ ਕਰ ਲਈਏ ਗੱਲ? ਇਹ ਹੋਈਆਂ ਜੀ ਮੈਨੂੰ ਲੱਗਦਾ 50-60 ਰੁਪਏ ਦੀਆਂ ਜੀ, ਇਸ ਤੋਂ ਘੱਟ ਹੀ ਹੋ ਸਕਦੀਆਂ। ਹਾਂਜੀ। ਇਹ ਬਾਕੀ ਦਵਾਈਆਂ ਤੁਸੀਂ ਪਹਿਲੀ ਵਾਰ ਦਵਾਈ ਲੈ ਰਹੇ ਹੋ ਜਾਂ ਪਹਿਲਾਂ ਵੀ ਲੈ ਕੇ ਗਏ? ਨਹੀਂ, ਪਹਿਲੀ ਵਾਰ ਲੈ ਰਹੇ ਜੀ। ਇਹ ਲੱਗਦਾ ਕਿ ਮਹਿੰਗੀ ਹੋ ਸਕਦੀਆਂ ਦਵਾਈਆਂ ਜਿਹੜੀਆਂ ਬਾਹਰੋਂ ਮਿਲ ਰਹੀਆਂ?
ਹੋ ਸਕਦਾ ਜੀ, ਕੁਛ ਵੀ ਕਹਿ ਸਕਦੇ ਹਾਂ, ਤਾਂ ਹੁਣ ਜਾ ਕੇ ਦੇਖਣਾ ਪਏਗਾ। ਹੁਣ ਤੇਰੇ ਹੁਣ ਜੇ ਮਹਿੰਗੀਆਂ ਨੇ ਉਹ ਜਿਹੜੇ ਸਸਤੇ ਉਹ ਚੱਕ ਕੇ ਦੇ ਦਿੱਤੀ ਹੈ, ਤਾਂ ਹੀ ਨਹੀਂ ਦੇ ਰਹੇ ਇੰਨੀ, ਜੇ ਲਿਖੀਆਂ ਗੌਰਮੈਂਟ ਦੇ ਰਹੀ ਹੈ ਫਿਰ ਦੋ ਲਿਖਿਆ ਵੀ ਹੋਇਆ ਮੁਫਤ ਦਵਾਈ। ਹਾਂਜੀ ਹਾਂ ਉਹ ਤਾਂ ਹੈ ਲਿਖਿਆ, ਉਹ ਤਾਂ ਹੈ ਪਰ ਦੇਣ ਨਾ। ਚਲੋ ਪੰਜ 'ਚ ਇਹ ਤਾਂ ਮੰਨਦੇ ਆਪਾਂ ਵੀ ਇੱਕ ਐਵਰੇਜ ਨਹੀਂ ਹੈਗੀ, ਉਹ ਗੱਲ ਅਲੱਗ ਹੈਗੀ ਹੈ। ਉਹ ਤੁਸੀਂ ਜਿਹੜੀ ਸਸਤੀ ਹੈ ਉਹ ਦੋ ਦੇ ਦਿੱਤੀਆਂ ਸਟਰਿੱਪਾਂ, ਜਿਹੜੀ ਮਹਿੰਗੀ ਹੈ ਉਹ ਬਾਹਰੋਂ ਲੈ ਲਓ, ਇੱਥੇ ਹੈ ਹੀ ਨਹੀਂ। ਟੈਸਟ ਟੁਸਟ ਕਰਾ ਕੇ ਟੈਸਟ ਦੇ ਵਿੱਚ ਕੀ ਰਾਹਤ ਮਿਲੀ ਤੁਹਾਨੂੰ? ਅਸੀਂ ਜੇ ਟੈਸਟ ਐਕਸਰੇ ਹੋਇਆ ਸੀਗਾ ਉਹਦੇ ਪੈਸੇ ਦੇ ਕੇ ਆਉਂਦੇ 200 ਰੁਪਇਆ, ਤਾਂ ਐਕਸਰੇ ਹੋਇਆ। ਹੋਰ ਵੀ ਦਵਾਈ ਜੋ ਲਿਖੀ ਸੀ ਸਾਰੀ ਮਿਲ ਗਈ ਦਵਾਈ? ਹਾਂਜੀ 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 ਸਾਰੀ ਮਿਲ ਗਈ ਜੋ ਲਿਖੀ ਸੀ। ਹਾਂਜੀ ਨਹੀਂ ਕੁਛ ਤਾਂ ਨਹੀਂ ਮਿਲੀ ਹੈ, ਕੁਛ ਦਿੱਤੀ ਉਹਨਾਂ ਨੇ ਅੰਦਰ ਸੀ। ਕਿੰਨੀ ਕੁ ਦਵਾਈਆਂ ਇਹ? ਹਾਂਜੀ ਕਿਤਨੀ ਦਵਾਈਆਂ ਇਹ? ਇਹ ਤਾਂ ਪਤਾ ਨਹੀਂ ਜੀ ਕਿੰਨੀ ਕੁ, 3-4 ਹੈਗੇ ਜੀ, ਕੁਛ ਉਹਨਾਂ ਨੇ ਅੰਦਰੋਂ ਦਿੱਤੀ ਹੈ, ਇੱਥੋਂ ਤਾਂ ਨਹੀਂ ਮਿਲੀ। ਡਿਸਪੈਂਸਰੀ ਮਿਲੀ ਆਪਕੋ? ਹਾਂਜੀ ਹਾਂਜੀ ਇਹ ਅੰਦਰੋਂ ਡਾਕਟਰ ਸਾਹਿਬ ਨੇ ਦਿੱਤੀ ਹੈ। ਪਹਿਲੀ ਵਾਰ ਲਈ ਹੈ ਜਾਂ ਪਹਿਲੇ ਵੀ ਲੈ ਕੇ ਗਏ? ਨਹੀਂ ਪਹਿਲੀ ਵਾਰ ਲਿੱਤੀ, ਆਹ ਡਿਸਪੈਂਸਰੀ ਤੋਂ ਤਾਂ ਨਹੀਂ ਮਿਲੀ, ਬਾਕੀ ਬਾਹਰ ਦੀ ਹੈ। ਕੁਲਵਿੰਦਰ ਕੌਰ ਰਹਿਣ ਵਾਲੀ ਦੇਵੀਗੜ੍ਹ ਦੇ, ਇਹ ਦਵਾਈ ਦੀ ਪਰਚੀ ਲੈ ਕੇ ਗਈ ਸੀ ਸਰਕਾਰੀ, ਕੀ ਮਿਲੀ? ਨਹੀਂ ਮਿਲੀ ਜੀ, ਅਗਲੀ ਵਾਰ ਵੀ ਗਈ ਆ ਨਹੀਂ ਮਿਲੇਗੀ, ਤੈਰਕ ਵੀ ਦਿਖਾਈ ਆ ਕਹਿੰਦੇ ਨਹੀਂ ਹੈਗੀ। ਸਿਰ ਦਾ ਮੇਰੇ ਟੈਂਸ਼ਨ ਰਹਿੰਦੀ ਆ, ਤੇ ਇਸ ਹਸਪਤਾਲੋਂ ਲੈ ਕੇ ਗਈ ਹੈ। ਮੈਂ ਕਿਹਾ ਵੀ ਡਾਕਟਰ ਸਾਹਿਬ ਜੀ ਮੇਰੇ ਅੰਦਰ ਦੀ ਦਵਾਈ ਲਿਖ ਦਿਓ, ਤੇ ਕਹਿੰਦੇ ਅੰਦਰੋਂ ਨਹੀਂ ਮਿਲੇਗੀ। ਕਿਹੜੀ ਪਰਚੀ ਕਿਹੜੀ ਲਿਖ ਕੇ ਦਿੱਤੀ ਹੈਗੀ? ਆਹ ਪਰਚੀ ਆ ਜੀ, ਆਹ ਫੇ ਅੱਜ ਨਵੀਂ ਬਣਵਾ ਕੇ ਲਿਆਂਦੀ ਆ, ਆਹ ਪੜਿਓ ਪੜੀ, ਆਹ ਪਰਚੀ ਆ ਜੀ, ਇਹ ਡਾਕਟਰ ਸਾਹਿਬ ਨੇ ਆਪ ਲਿਖ ਕੇ ਦਿੱਤੀ ਹੈ? ਹਾਂਜੀ ਇਧਰੋਂ ਵੱਡੇ ਡਾਕਟਰ ਨੇ ਲਿਖ ਕੇ ਦਿੱਤੀ ਆ ਜੀ। ਕੀ ਨਾਮ ਹੈਗਾ ਇਹ ਤੁਹਾਡਾ? ਕੁਲਵਿੰਦਰ ਕੌਰ ਤੁਹਾਡਾ ਨਾਮ ਹੈਗਾ? ਹਾਂਜੀ ਹਾਂਜੀ ਮੇਰਾ ਨਾਮ, ਹਸਬੰਡ ਅਮਰਜੀਤ ਸਿੰਘ, ਦੇਵੀਗੜ੍ਹ ਦੇ ਰਹਿਣ ਵਾਲੇ ਆ, ਜੁੜਕਾ ਠਾਣਾ। ਇਹਨਾਂ ਚੋਂ ਇੱਕ ਵੀ ਦਵਾਈ ਨਹੀਂ ਮਿਲੀ? ਨਹੀਂ ਇੱਕ ਵੀ ਨਹੀਂ ਮਿਲੀ, ਇੱਕ ਵੀ ਦਵਾਈ। ਤੁਸੀਂ ਜਾ ਕੇ ਆਏ ਸੀ? ਹਾਂਜੀ। ਨਹੀਂ ਜੀ ਬਾਹਰ ਕੋਈ ਬੋਲਦੇ ਆ ਜੀ, ਹੈ ਸਾਨੂੰ ਸ਼ੌਂਕ ਆ ਪੈਸੇ ਲਾਉਣ ਦਾ, ਜੇ ਗਰੀਬ ਆਦਮੀ ਤਾਂ ਹੀ ਆਉਂਦੇ ਆ, ਜੇ ਅਮੀਰ ਆਦਮੀ ਹੁੰਦੇ ਤਾਂ ਫਿਰ ਕਿਉਂ ਇੱਥੇ ਜਾ ਕੇ ਪੁੱਛੀਏ? ਤੁਸੀਂ ਜਾ ਕੇ ਆਏ ਸੀ ਤੁਹਾਨੂੰ ਮਿਲੀ? ਨਹੀਂ ਜੀ, ਮੇਰੇ ਮੂੰਹ ਤੇ ਕਰਾ ਲਓ। ਕੀ ਕਿਹਾ ਉਹਨਾਂ ਨੇ? ਕਹਿੰਦੇ ਕੋਈ ਇਹ ਦਵਾਈ ਕੋਈ ਨਹੀਂ ਅੰਦਰ ਹੈਗੀ, ਇਸ ਡਾਕਟਰ ਦੇ ਕੋਲ ਵੀ ਪੁੱਛ ਲਓ ਜਾ ਕੇ। ਡਿਸਪੈਂਸਰੀ ਨੇ ਕਿਹਾ? ਹਾਂ ਨਹੀਂ ਡਿਸਪੈਂਸਰੀ ਇਹਨਾਂ ਨੇ ਕਿਹਾ ਵੀ ਪੁੱਛ ਲਓ ਅੰਦਰੋਂ ਮਿਲ ਜੇ ਕੋਈ ਨਾ ਮਿਲ ਜੇ, ਪਰ ਇੱਥੇ ਪਰਚੀ ਲੈ ਗਈ ਇੱਕ ਨਹੀਂ ਦਵਾਈ ਮਿਲੀ। ਕਿੰਨੀ ਟਾਈਮ ਤੋਂ ਇੱਥੇ ਇਲਾਜ ਕਰਾ ਰਹੇ ਹੋ? ਮੈਨੂੰ ਹੋ ਗਿਆ ਸਾਲ। ਸਾਲ ਤੋਂ ਇਸੇ ਡਾਕਟਰ ਤੋਂ ਕਰਾ ਰਹੇ? ਮੇਰਾ ਸੀ ਬੱਚਾ 16 ਸਾਲ ਦਾ ਪੂਰਾ ਹੋ ਗਿਆ, ਤੇ ਮੈਨੂੰ ਟੈਨਸ਼ਨ ਬਹੁਤ ਸੀ, ਮੈਂ ਇਸ ਹਸਪੀਟਲ ਪ੍ਰੈਸ਼ਰ ਦੀ ਦਵਾਈ। ਹਾਂਜੀ ਡਾਕਟਰ ਪ੍ਰੈਸ਼ਰ ਹੋ ਜਾਂਦਾ ਜ਼ਿਆਦਾ। ਸਰਕਾਰੀ ਕੋਈ ਦਵਾਈ ਨਹੀਂ ਮਿਲਦੀ? ਨਾ ਕੋਈ ਨਹੀਂ ਮਿਲਦੀ, ਜੇ ਗੋਡਿਆਂ ਦੀ ਗੋਡੇ ਦੁਖਦੇ ਆ ਇਧਰੋਂ ਲੈਣ ਜਾਂਦੇ ਆ, ਉਹ ਵੀ ਕਹਿ ਦਿੰਦੇ ਆ ਮੋਦੀ ਜੋ ਮਿਲ ਜੂਗੀ ਨਹੀਂ ਤਾਂ ਬਾਹਰੋਂ ਮਿਲੂਗੀ। ਅੰਦਰ ਹਸਪਤਾਲ ਦੇ ਨਹੀਂ ਮਿਲੂਗੀ? ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਜਿਹੜੀ ਕੈਮਿਸਟਰੀ ਉਹ ਬਣੀ ਹੋਈ ਹੈ ਮੈਡੀਕਲ, ਉੱਥੇ ਕੋਈ ਨਹੀਂ ਮਿਲਦੀ ਜੀ। ਜੇ ਸਾਡਾ ਕਿਹੜਾ ਸ਼ੌਂਕ ਆ ਪੈਸੇ ਲਾਉਣ ਦਾ, ਕਹਿ ਦਿੰਦੇ ਆ। ਕਿੰਨੇ ਲੈਂਦੇ ਹੋ ਮਾਤਾ ਦਵਾਈ? ਹਾਂਜੀ ਬਾਹਰੋਂ ਕਿੰਨੇ ਲੈਂਦੇ? ਇੱਥੇ ਆ ਇੱਕ ਹਸਪੀਟਲ। ਕਿੰਨੇ ਦੀ ਲੈਂਦੇ ਹੋ ਦਵਾਈ? 1000 ਆ ਜਵੇ, 2000 ਦੀ ਆ ਜਵੇ, 20 ਦਿਨਾਂ ਦੀ, ਮਹੀਨੇ ਦੀ 3000 ਦੀ ਵੀ ਦਿੰਦੇ ਆ ਜੀ। ਇਹ ਹਸਪੀਟਲ ਦਾ ਸਾਧਨ ਹੈਗਾ 2000 ਰੁਪਈਆ ਪੂਰੇ ਮਹੀਨੇ 'ਚ? ਨਾ ਜੀ, ਸਾਧਨ ਹੁੰਦਾ ਤਾਂ ਫਿਰ ਦਿਹਾੜੀਆਂ ਤਾਂ ਕਰਨ ਡਏ ਆ ਜੀ, ਸਾਧਨ ਹੁੰਦਾ ਤਾਂ ਫਿਰ ਲੋੜ ਕੀ ਸੀ ਜੀ ਇੱਥੇ ਜਿੰਦਰਾ ਜਾਉਣ ਦੀ? ਦਿਹਾੜੀਆਂ ਲਾਉਂਦੇ ਹੋ? ਤੋ ਜੀ ਦਿਹਾੜੀ ਦਾ ਰਹੀ ਆ। ਦੇਵੀਗੜ੍ਹ ਤੋਂ ਕਿਵੇਂ ਆਉਂਦੇ ਹੋ ਉੱਥੇ ਤੱਕ? ਟੈਂਪੂ ਤੇ। ਟੈਂਪੂ ਤੇ ਆਉਂਦੇ ਹੋ ਕਿ ਇੱਥੇ ਸਸਤਾ ਇਲਾਜ ਹੋ ਜੂਗਾ? ਆਇਆ ਹਾਂਜੀ, ਤੇ ਉੱਥੋਂ ਵੀ ਜੋ ਚੱਲਦੇ ਆ ਟੈਂਪੂ ਵਾਲੇ ਵੀ, ਕੋਈ ਕਹੂਗਾ 50 ਲੈਣੇ, ਕੋਈ ਕਹੂਗਾ 30 ਲੈਣੇ ਆ, ਹੈ 150-200 ਤੇ ਇਦਾਂ ਹੀ ਲੱਗ ਜਾਂਦੇ ਟੈਂਪੂਆਂ ਦੇ ਕਿਰਾਇਆ। ਡਾਕਟਰ ਤੇ ਨਹੀਂ ਮੰਗਦਾ ਅੰਦਰ ਪੈਸੇ ਕੋਈ? ਨਹੀਂ ਡਾਕਟਰ ਨੇ ਕੀ ਮੰਗਣੇ, ਡਾਕਟਰ ਲਿਖ ਦਿੰਦੇ ਦਵਾਈ ਅੰਦਰੋਂ ਲੈ ਲਓ, ਅੰਦਰ ਵਾਲੇ ਕਹਿ ਦਿੰਦੇ ਸਾਡੇ ਕੋਲ ਕੋਈ ਦਵਾਈ ਨਹੀਂ ਹੈਗੀ ਇੱਥੇ। ਕੋਈ ਵੀ ਦਵਾਈ ਨਹੀਂ ਅਸਤ, ਕੋਈ ਦਵਾਈ ਨਹੀਂ ਮਿਲਦੀ? ਕੋਈ ਨਹੀਂ ਮਿਲਦੀ, ਜੇ ਮਿਲਦੀ ਹੁੰਦੀ ਤਾਂ ਤੁਹਾਡੇ ਕੋਲ ਕਿਉਂ ਮਿਲਦੀ? ਨਾਲ ਦੇ ਤੁਹਾਡੇ ਕੀ ਕਹਿੰਦੇ ਜਦੋਂ ਲਾਈਨਾਂ ਦੇ ਵਿੱਚ ਲੱਗੇ ਹੁੰਦੇ ਹੋ? ਕਿੰਨੀ ਲਾਈਨਾਂ ਵੀ ਲੱਗਦੀਆਂ ਲੰਬੀਆਂ? ਜੀ ਉਹ ਲਾਈਨ ਲੱਗੀ ਹੋਈ ਆ।
ਕਿੰਨੀ ਦੇਰ ਲੱਗੇ? ਅੰਦਰੋਂ ਮਿਲ ਜੂਗੀ ਕੋਈ, ਪਰ ਇੱਥੇ ਆ ਕੇ ਸਾਨੂੰ 2 ਘੰਟੇ ਲਾਈਨ ਚ ਖਲੋਣਾ ਪੈਂਦਾ ਵਾ, ਤੇ ਉੱਥੇ ਕੁਛ ਵੀ ਨਹੀਂਗਾ। ਲੋਕ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਕਾਰਜਕਾਰੀ ਅਤੇ ਪ੍ਰਸ਼ਾਸਨ ਦੇ ਉੱਪਰ ਸਵਾਲ ਚੱਕ ਰਹੇ ਨੇ ਕਿ ਬੈੱਡਾਂ ਨੂੰ ਲੈ ਕੇ ਵੀ ਪ੍ਰਬੰਧ ਜਿਹੜੇ ਨੇ ਉਹਨਾਂ ਕੋਲ ਨਹੀਂ ਹੈਗੇ, ਕਿ ਸੋਨਾ ਸੜਕਾਂ ਤੇ ਪੈ ਰਿਹਾ, ਇੱਕ ਤਰਫ ਮਰੀਜ਼ ਜਿਹੜੇ ਨੇ ਉਹ ਅੰਦਰ ਹਸਪਤਾਲਾਂ ਦੇ ਵਿੱਚ ਵਾਰਡਾਂ ਦੇ ਵਿੱਚ ਬਿਮਾਰ ਨੇ, ਤੇ ਬਾਹਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜੀ ਬਿਮਾਰੀ ਉਹਨਾਂ ਦੇ ਉਸ ਪੇਸ਼ੈਂਟ ਨੂੰ ਤਾਂ ਲੱਗੀ ਹੀ ਲੱਗੀ ਆ, ਹਾਲਾਂਕਿ ਉਹ ਉਸਦਾ ਇਲਾਜ ਚੱਲ ਰਿਹਾ, ਲੇਕਿਨ ਉਹ ਦੂਜੇ ਇਲਾਜ ਦੇ ਵਿੱਚ ਵੀ ਜਿਹੜੇ ਨੇ ਉਹ ਬਾਹਰ ਉਹਨਾਂ ਨੂੰ ਚੂਝਣਾ ਪੈ ਰਿਹਾ। ਲੇਕਿਨ ਸਵਾਲ ਇੱਕ ਇਹ ਹੈ ਕਿ ਜਦੋਂ ਸਰਕਾਰ ਨੇ ਦਾਅਵੇ ਇਹ ਕੀਤੇ ਸੀ ਕਿ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਦੇ ਵਿੱਚ ਕੀਤੀ ਜਾਵੇਗੀ, ਹਸਪਤਾਲਾਂ ਦੇ ਵਿੱਚ ਪ੍ਰਬੰਧ ਜਿਹੜੇ ਨੇ ਉਹ ਪੂਰੇ ਕੀਤੇ ਜਾਣਗੇ, ਤੇ ਅੱਜ ਇੰਨੇ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਕਿਉਂ ਹੈ? ਭਾਵੇਂ ਬੈੱਡਾਂ ਨੂੰ ਲੈ ਕੇ ਕਹਿ ਲਈਏ, ਭਾਵੇਂ ਵੀਲਚੇਅਰਾਂ ਨੂੰ ਲੈ ਕੇ ਕਹਿ ਲਈਏ, ਕਿ ਵੀਲਚੇਅਰਾਂ ਨੂੰ ਲੈ ਕੇ ਵੀ ਲੋਕ ਕਹਿੰਦੇ ਨੇ ਕਿ 2-2 ਘੰਟੇ ਜਿਹੜੇ ਨੇ ਉਹ ਲਾਈਨਾਂ ਦੇ ਉੱਪਰ ਲੱਗਣਾ ਪੈਂਦਾ ਹੈ ਕਿ ਵੀਲਚੇਅਰ ਦਾ ਨੰਬਰ ਜਦੋਂ ਆਵੇਗਾ ਤਾਂ ਜਾ ਕੇ ਅਸੀਂ ਪੇਸ਼ੈਂਟ ਨੂੰ ਕਿਤੇ ਹੋਰ ਸ਼ਿਫਟ ਕਰਨ ਦੇ ਵਿੱਚ ਜਾਂ ਉਹਦਾ ਟ੍ਰੀਟਮੈਂਟ ਕਰਾਉਣ ਦੇ ਵਿੱਚ ਜਾਂ ਟੈਸਟ ਕਰਾਉਣ ਦੇ ਵਿੱਚ ਜਿਹੜਾ ਉਹਨੂੰ ਲੈ ਕੇ ਜਾਣਾ ਹੋਵੇਗਾ, ਲੇਕਿਨ ਉਸਦੇ ਲਈ ਵੀ 2-2 ਘੰਟੇ ਜਿਹੜਾ ਉਹ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਹੈ। ਦੂਸਰੀ ਤਰਫ ਦਵਾਈਆਂ ਨੂੰ ਲੈ ਕੇ ਸਰਕਾਰ ਨੇ ਇੱਕ ਵੱਡਾ ਦਾਅਵਾ ਠੋਕਿਆ ਸੀ ਕਿ ਕੋਈ ਵੀ ਸਰਕਾਰੀ ਹਸਪਤਾਲ ਦੇ ਵਿੱਚ ਜੇਕਰ ਦਵਾਈਆਂ ਲਿਖ ਕੇ ਦਿੰਦਾ ਹੈ ਤਾਂ ਉਹ ਤੁਹਾਨੂੰ ਹਸਪਤਾਲ ਦੇ ਅੰਦਰ ਹੀ ਮਿਲਣਗੀਆਂ, ਲੇਕਿਨ ਲੋਕਾਂ ਨੂੰ ਬਾਹਰੋਂ ਦਵਾਈ ਜਿਹੜੀ ਉਹ ਲੈਣੀ ਪੈ ਰਹੀ ਹੈ। ਲੋਕਾਂ ਨੇ ਸਿੱਧੇ ਤੌਰ 'ਤੇ ਸਵਾਲ ਚੱਕੇ ਨੇ ਕਿ ਜਦੋਂ ਦਵਾਈ ਲੈਣ ਦੇ ਲਈ ਜਾਂਦੇ ਹਾਂ ਅਤੇ ਕੋਈ ਵੀ ਦਵਾਈ ਜਿਹੜੀ ਆ ਉਹ ਸਰਕਾਰੀ ਦੇ ਹਸਪਤਾਲ ਦੇ ਵਿੱਚ ਨਹੀਂ ਮਿਲਦੀ, ਔਰ ਬਲਕਿ ਸਾਨੂੰ ਬਾਹਰ ਲੈ ਕੇ ਬਾਹਰ ਜਾਣਾ ਪੈਂਦਾ ਔਰ ਬਾਹਰ ਜਾ ਕੇ ਦਵਾਈਆਂ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ। ਔਰ ਵੀਲਚੇਅਰ ਵੀਲ ਕੁਰਸੀ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਸਦਾ ਵੀ ਪ੍ਰਬੰਧ ਰਜਿੰਦਰਾ ਹਸਪਤਾਲ ਦੇ ਵਿੱਚ ਨਹੀਂ ਹੈਗਾ, ਜਿਸ ਨੂੰ ਲੈ ਕੇ ਲੋਕ ਇਸ ਸਮੇਂ ਸਰਕਾਰ ਦੀ ਕਾਰਜਕਾਰੀ 'ਤੇ ਔਰ ਉਸ ਦਾਅਵੇ 'ਤੇ ਜਿਸ ਨੂੰ ਮੁੱਖ ਮੰਤਰੀ ਆਪਣੀ ਪਿੱਠ ਤਪਾਉਂਦੇ ਹੋਏ ਕਹਿੰਦੇ ਸੀ ਕਿ ਪੰਜਾਬ ਦੀ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਦਰੁਸਤ ਹੋ ਚੁੱਕੀਆਂ ਨੇ ਔਰ ਉਸ ਦੇ ਵਿੱਚ ਸਰਕਾਰ ਨੇ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਹੈ, ਲੇਕਿਨ ਉਸਦੇ ਉੱਪਰ ਸਵਾਲ ਖੜ੍ਹੇ ਕਰਦੇ ਹੋਏ ਰਜਿੰਦਰਾ ਹਸਪਤਾਲ ਦੇ ਵਿੱਚ ਐਡਮਿਟ ਲੋਕਾਂ ਦੇ ਜਿਹੜੇ ਘਰ ਦੇ ਮੈਂਬਰ ਨੇ ਉਹ ਚੱਕਦੇ ਹੋਏ ਵੀ ਨਜ਼ਰ ਆ ਰਹੇ ਨੇ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦਮਪ੍ਰੀਤ ਸਿੰਘ, PTC ਨਿਊਜ਼, ਪਟਿਆਲਾ।